नमस्कार दोस्तों, मैं हूं सुरेश पठानिया और आप देख रहे हैं एक्टिव न्यूज। आम आदमी पार्टी की ओर से आज जिला प्रधान गुरदयाल सैनी व हल्का इंचार्ज सौरभ बहल की देखरेख में वाल्मीकि चौक पर बिजली के बड़े दामों तथा पेट्रोल व डीजल पर टैक्स से छूट की मांग को लेकर जिला स्तरीय धरना व रोष प्रदर्शन किया गया। बाद में डिप्टी कमिश्नर गुरप्रीत सिंह खैरा को मांग पत्र भी सौंपा गया। इस अवसर पर हल्का इंचार्ज सुजानपुर सुभाष वर्मा, कैप्टन सुनील राजकुमार, प्रधान गगन कुमार, महासचिव आरके शर्मा, अनिल भारद्वाज, विशाल महाजन, अमरजीत सिंह, शिव कुमार, विशाल कुमार के अतिरिक्त आम आदमी पार्टी के अनेक कार्यकर्ता मौजूद थे। पेश है संबंधी टीम एक्टिव न्यूज की एक रिपोर्ट। अज असी आम आदमी पार्टी के सारे वॉलंटियर डिस्ट्रिक्ट पठानकोट एकत्रित होए हैं। अज साडा मुद्दा यही है जो पंजाब सरकार ते साडी सेंटर दी सरकार मिलके इन्होंने जो लुट कसूटी पाई हुई है, तुसी देख सकते हो कि प्याज दे रेट कित्थे चल गए है, डीजल पेट्रोल हर कुछ महंगा हो रहा है। तो आप कुछ साल पहले की गल करिए, जो तो मोदी जी इन्ना रौला पाते थे कि हाँ जी 50 रुपये 60 रुपये गंडा हो गया, तो अज जो 150-150 रुपया छू रहा है प्याज, तो पेट्रोल डीजल का पता ही नहीं। ਆਪਾਂ ਗੱਲ ਕਰੀਏ ਆਮ ਆਦਮੀ ਦੀ ਕਿ ਆਮ ਆਦਮੀ ਅੱਜ ਉਹਦੇ ਕੋਲ ਉਹਨੂੰ ਚੁੱਲ੍ਹਾ ਬਾਲਣਾ ਔਖਾ ਹੋਇਆ ਪਿਆ। ਅਤੇ ਆਪਾਂ ਦੂਜੀ ਗੱਲ ਆਪਾਂ ਦਿੱਲੀ ਦੇ ਕੰਮ ਦੇਖੀਏ, ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੇਜਰੀਵਾਲ ਜੀ ਨੇ ਇੰਨੇ ਵਧੀਆ ਕੰਮ ਕਰਤੇ ਹੈ। ਤੁਸੀਂ ਸਿੱਖਿਆ ਦਾ ਲੈ ਲਓ, ਤੁਸੀਂ ਹੋਸਪਿਟਲ ਲੈ ਲਓ, ਤੁਸੀਂ ਕੋਈ ਵੀ ਚੀਜ਼ 'ਚ ਲੈ ਲਓ, ਤੁਸੀਂ ਵੂਮੈਨ ਸੇਫਟੀ ਲੈ ਲਓ, ਐਵਰੀਥਿੰਗ ਹੀ ਹੈਜ਼ ਇੰਪਰੂਵਡ। ਅਤੇ ਆਪਾਂ ਪੰਜਾਬ ਸਰਕਾਰ ਅੱਗੇ ਇੱਕੋ ਬੇਨਤੀ ਕਰਦੇ ਹਾਂ ਕਿ ਜਿਹੜੀ 17 ਤਰੀਕ ਤੱਕ ਸਾਨੂੰ ਪਤਾ ਲੱਗਿਆ ਕਿ ਬਿਜਲੀ ਦੇ ਬਿੱਲ ਹੋਰ ਵਧਣੇ 17%, ਉਹਨੂੰ ਪਲੀਜ਼ ਵਾਪਸ ਲਿੱਤਾ ਜਾਏ। ਅਤੇ ਜੋ ਬਿਜਲੀ ਦੇ ਬਿੱਲ ਇਹਨਾਂ ਨੇ ਕੀਤੇ ਹੋਏ ਨੇ ਉਹਨੂੰ ਪਲੀਜ਼ ਰਿਡਿਊਸ ਕੀਤਾ ਜਾਏ, ਕਿਉਂਕਿ ਆਮ ਲੋਕਾਂ ਉੱਤੇ, ਆਮ ਜਨਤਾ ਉੱਤੇ ਬਹੁਤ ਬੋਝ ਪੈ ਰਿਹਾ। ਦੇਖੋ, ਇੱਕ ਤੇ ਪੰਜਾਬ ਸਰਕਾਰ ਦੀਆਂ ਵਧੀਕੀਆਂ ਤੇ ਵੱਧਦੀ ਮਹਿੰਗਾਈ ਤੇ ਮੋਦੀ ਸਰਕਾਰ ਖਿਲਾਫ ਵੀ ਦੇ ਰਹੇ ਆ, ਕੈਪਟਨ ਸਰਕਾਰ ਖਿਲਾਫ ਵੀ ਦੇ ਰਹੇ ਆ। ਇਸ ਵੇਲੇ ਸਾਰੀ ਜਨਤਾ ਜਿਹੜੀ ਆ ਮਹਿੰਗਾਈ ਦੇ ਥੱਲੇ ਇੰਨੀ ਦੱਬੀ ਗਈ ਆ ਕਿ ਉਹਨਾਂ ਨੂੰ ਆਪਣੀ ਰੋਟੀ ਪਾਣੀ ਦੇ ਵੀ ਲਾਲੇ ਲੱਗੇ ਆ। ਮੈਂ ਤਾਂ ਮੋਦੀ ਸਰਕਾਰ ਨੂੰ ਇਹ ਦੱਸਣਾ ਚਾਹੁੰਦਾ ਵੀ ਇਹ ਜਿਹੜੇ ਸਾਰੇ ਅੱਜ ਆਮ ਆਦਮੀ ਪਾਰਟੀ ਆਮ ਲੋਕ ਆ, ਇਹਨਾਂ ਵਿੱਚ ਕਿਸੇ ਦਾ ਕੋਈ 2 ਨੰਬਰ ਦੇ ਕੰਮ ਨਹੀਂ ਚੱਲਦੇ। ਤੁਹਾਡੇ ਵਾਂਗਰਾ 16-16 ਹਜ਼ਾਰ ਕਰੋੜ ਇੱਕ ਸਾਲ ਵਿੱਚ ਨਹੀਂ ਵੱਧਦੇ। ਇਸ ਕਰਕੇ ਤੁਸੀਂ ਬਾਜ ਆ ਜਾਓ, ਜਨਤਾ ਨੂੰ ਇਤਨਾ ਨਾ ਮਾਰੋ। ਲੰਚਿੰਗ ਇੱਥੇ ਹੋ ਰਹੀ ਆ ਹਿੰਦੁਸਤਾਨ 'ਚ, ਧਰਮ ਦੇ ਨਾਂ ਦੇ ਉੱਤੇ ਜਨਤਾ ਨੂੰ ਠੱਗਿਆ ਜਾ ਰਿਹਾ, ਵੱਢਿਆ ਜਾ ਰਿਹਾ, ਕਈ ਕੁਛ ਕੀਤਾ ਜਾ ਰਿਹਾ। ਇਸ ਕਰਕੇ ਸਰਕਾਰ ਨੂੰ ਚੇਤਾਵਨੀ ਆ ਕਿ ਇਹ ਜਿਹੜਾ ਇਹ ਖੇਡ ਖੇਡਣ ਰਹੇ ਹੋ, ਇਸ ਨੂੰ ਬੰਦ ਕਰ ਦਿਓ, ਵਰਨਾ ਤੁਹਾਨੂੰ ਇਹਦੇ ਅਫਜ਼ਾਨੇ ਭੁਗਤਣੇ ਪੈਣਗੇ।